वीडियो सबसे पहले देखने के लिए चैनल को सब्सक्राइब करें, घंटी का बटन ऑल पे कर दें ताकि सभी नोटिफिकेशन आप तक सबसे पहले पहुंच जाए। धन्यवाद। ਓਟੀ ਚੱਕਣੀ ਆ ਕੋਈ ਚੋਰਾ ਗਾ ਖੜਾ ਕੋਲੇ ਚੋਰੀ ਹੋਣੀ 2000 ਟਰਾਲੀ ਜਾਣੀ ਆ ਪਰ 47 ਰਹਿ ਗਿਆ ਮੇਰੇ ਕੋਲੇ ਘੜਦੇ ਆ ਪੈਸੇ ਯਾਰ ਫਿਰ ਅਸੀਂ ਕੀ ਕਰਦੇ ਚੰਗੀ ਭਲੀ ਗਾ ਚੰਗੀ ਭਲੀ ਗਾ ਪੈਸੇ ਕੱਕਣਾ ਓਟੀ ਭੇਜੂਗੀ ਤੁਹਾਨੂੰ ਸਾਨੂੰ ਉੱਥੋਂ ਖੋਲਾ ਇੱਥੇ ਲੈ ਉਹਦੇ ਭੈਣ ਤਾਂ 10 ਜਾਣੇ ਸੀ ਮੈਂ ਕੱਲਾ ਸੀ ਨਾ ਜਾਣੇ ਸੀਗੇ ਆ ਹੀ ਨਹੀਂ ਮਾਣੇ ਤੇ ਲਾਜ ਚੱਕੇ ਲੱਗ ਗਿਆ ਉਹ ਜਿਹੜਾ ਖੜਾ ਦਾਦਾ ਮੋਰਾ ਹਰਾ ਲਾ ਕੇ ਉਹ सारे ही किसान वीरां नूं प्यार भरी सत श्री अकाल। किसान वीरों अज फिर असीं आए हैं पशु मंडी डाबा लई ते देखिया तुसीं किस तरह दे नाल घमासान पिया इस गां दे लई ते कोशिश रहिंदी है भी लाइव तो सौदा तुहाडे तक पहुंचा सकीए। बाई जिहड़े ने लैण वाले आ ते बाई जी जिहड़े आ गां वेचण वाले आ गलत समझ गए सी तुसीं हैं। सो भाजी थोड़ा जान पछाण कर लिए की नाम है तुहाडा किहड़ा पिंड बलकार आ जी किहड़ा पिंड है जी पिंड खारा जिला फरीदकोट बलकार भाई ठीक है जी लैण वाले ने गां ते भाजी तुसीं भी दस्सो गुरचरण सिंह जी संगरार पिंड है जिला फरीदकोट पहला जोर बहुत आया। अच्छा की किस तरह दी गां है दस्यो माड़ा जिहा डिटेल की है। दूसरा सुआ सुना जी 24 किलो पहले दूध दिया जी। अच्छा हां जी एचएफ है। हां जी एचएफ है। हां जी एचएफ ते की डिमांड सी तुहाडी साडी 55 की सी 55 कसी मतलब ठीक है ते पाजी फिर किवें लगी गां गां चंगी है जी चंगी करके तां ही जोर लाया। अच्छा की गरारी की फस गई सी फिर गरारी जी कह रहे सी 50,000 दी गां देनी असीं ਅਸੀਂ ਕਹਿੰਦੇ ਸੀ 46-47 ਤੇ ਸਾਨੂੰ ਮਿਲ ਜੇ ਪਰ ਆ ਭਰਾ ਨੇ ਸਾਡੇ ਨੇ 1000 ਘੱਟ 50 ਦੀ ਕਰਤੀ ਸੀਗਾ ਪਰ ਇਹ ਫੇਰ ਵੀ ਉਹ 50 ਤੇ ਜੜਿਆ ਸੀ ਬਸ ਉਹ 1000 ਪਿੱਛੇ ਧੱਕ ਮੁੱਕੀ ਹੋ ਰਹੇ ਸੀ। ਆ ਭਾਜੀ ਹੈ ਹਾਂ ਹਾਂ ਹੋਰ ਭਾਜੀ ਠੀਕ ਹੋ ਵਧੀਆ ਜੀ ਵਧੀਆ ਕੀ ਨਾਂ ਤੁਸੀਂ ਵੀ ਦੱਸੋ ਮਾੜਾ ਜਿਹਾ ਕਿਹੜਾ ਪਿੰਡ ਸੰਗਰਾਵਰਾ ਜੀ ਸੰਗਰਾ ਤੇ ਤੁਸੀਂ ਕਰਤੀ ਸੀ ਪਹਿਲਾਂ ਫਿਰ ਉਹ ਨਹੀਂ ਮੈਂ ਤਾਂ ਇੱਥੇ ਖੜਾ ਸੀਗਾ ਤੇ ਅੱਗੋਂ ਯਾਰ ਨਹੀਂ ਕਸ ਸਾਡੀ ਆਹ ਹੀ ਆ ਮੈਂ ਚਲੋ ਕੀ ਹੁਣ ਮੋੜ ਨਹੀਂ ਠਵਾਈ ਹੈਗਾ। ਅੱਛਾ ਹੁਣ ਤਾਂ ਖੁਸ਼ ਹੋ? ਹਾਂ ਖੁਸ਼ ਖੁਸ਼ ਹੁਣ ਬਾਗੋ ਬਾਗ ਜੀ ਬਸ दिखाओ जरा आर्डर क्वालिटी दिखा दो बहुत शानदार देखो देखो बहुत वधिया ते किन्ना तक दे सकदी है दूध किन्ना रिकॉर्ड 24-25 किलो दे 24-25 ए प्योर च है जी के किवें नहीं प्योर च है जी प्योर दे विच है जी देखो ते भाई कहंदे के हुण तां ठीक है जो हो गया ते हां चलो ठीक है भाजी शुक्रिया धन्नवाद भाई बलकार नाल गल करदे आ होर भाजी ते अच्छा हुण जिवें आ तुसीं लई है कोई खास गल ध्यान रखण वालियां बस वैसे ही है जी इहदा मतलब बॉडी वेट बहुत सही आ दूजा सूआ खून पानी विच बिल्कुल ओके आ अग लईआं 24-25 गाइयां लईआं। अच्छा 24-25 ले लईआं। हां 24-25 गाइयां लईआं। अच्छा अच्छा किन्ने किन्ने किले लेने हो तुसी फिर? असी लेने 30 गाइयां लेने असी हरेक मंडी। अच्छा हर मंडी हर मंडी ठीक है। व्यापार है की तुहाडा? हां जी व्यापार कर रहे हैं। अच्छा व्यापार है जी भाई जी दा चलो बहुत वधिया ते इक ना भाई जी सानू ना कमेंट आउंदे आ वीडियो दे थल्ले कि यार जिवें मंडी चो गां लै ली तां उहनू की सीधा फार्म च रख सकदे आ जां वैक्सीन वगैरह करनी पैंदी है कोई ट्रीटमेंट जां कुछ इस तरह है?
ਟ੍ਰੀਟ ਵੈਕਸਿੰਗ ਤਾਂ ਵੈਸੇ ਪੰਜਾਬ 'ਚ ਪਹਿਲਾਂ ਹੋਈ ਵੀ ਹੈ ਜੀ ਸਾਰੀ। ਜੇ ਮੰਨ ਲਓ ਆਪਾਂ ਨੂੰ ਕਿਸੇ ਗਾਂ 'ਤੇ ਡਾਊਟ ਹੈ ਵੀ ਆਪਾਂ ਇਹਦੀ ਵੈਕਸਿੰਗ ਕਰਵਾਉਣੀ ਹੈ ਜਾਂ ਕੋਈ ਫਾਰਮਾ ਇਸ ਤਰ੍ਹਾਂ ਦੇ ਹੁੰਦੇ ਵੀ ਜਿਹੜੇ ਨਹੀਂ ਕਿਸੇ 'ਤੇ ਵਿਸ਼ਵਾਸ ਕਰਦੇ ਤਾਂ ਕਰਵਾ ਵੀ ਲੈਣੀ ਚਾਹੀਦੀ ਆ। ਅੱਛਾ, ਮਤਲਬ ਕੋਈ ਡਰ ਵਾਲੀ ਗੱਲ ਤਾਂ ਨਹੀਂ ਹੁੰਦੀ? ਕੋਈ ਗੱਲ ਨਹੀਂ, ਨਹੀਂ ਨਹੀਂ। ਹੁਣ ਜਿਵੇਂ ਆਹ ਕੱਚੀ ਦੱਸ ਰਹੇ ਆ ਨਾ, ਥੋੜ੍ਹੇ ਦਿਨ ਹੀ ਬਾਕੀ ਹੈ, ਅਤੇ ਹੁਣ ਕੋਈ ਖਾਸ ਗੱਲਾਂ ਕੁਝ ਜਿਵੇਂ ਇਹਨੂੰ ਕੋਈ ਨੁਕਸਾਨ ਨਾ ਹੋਵੇ, ਵਧੀਆ ਡਿਲੀਵਰੀ ਹੋ ਜੇ? ਨਹੀਂ ਬਸ ਨੋਰਮਲ ਖਾਣਾ ਮਿਲਣਾ ਚਾਹੀਦਾ ਜੀ ਇਹਨੂੰ, ਜ਼ਿਆਦਾ ਖਾਣਾ, ਜ਼ਿਆਦਾ ਹੈਵੀ ਨਹੀਂ ਦੇਣਾ ਚਾਹੀਦਾ, ਨੋਰਮਲ ਖਾਣਾ ਮਿਲੇ ਇਹਨੂੰ, ਅਤੇ ਬਸ ਇਹੀ ਤਰੀਕੇ ਹੁੰਦੇ। ਅੱਛਾ ਭਾਅ ਜੀ, ਜਿਵੇਂ ਹੁਣ ਤੁਸੀਂ ਲਈ ਹੈ ਹਨਾ, ਪੂਰਾ ਜ਼ੋਰ ਲਾ ਕੇ ਲੈ ਲਈ, ਸਿਰਾ ਹੀ ਹੈ ਜਦੋਂ ਇੰਨਾ ਜ਼ੋਰ ਲਾਤਾ ਤਾਂ ਜਿਹੜੇ ਨਵੇਂ ਵੀਰ ਹੈ ਸਾਡੇ ਜੁੜ ਰਹੇ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਤੁਹਾਡਾ ਤਜਰਬਾ ਸਾਂਝਾ ਕਰ ਦਿਓ ਵੀ ਕਿਸ ਤਰ੍ਹਾਂ ਪਹਿਚਾਣ ਹੋਵੇ ਵੀ ਆਹ ਚੀਜ਼ ਚੰਗੀ ਹੈ। ਪਹਿਚਾਣ ਤਾਂ ਜੀ ਵੇਖੋ, ਤਜਰਬਾ ਤਾਂ ਹੌਲੀ ਹੌਲੀ ਕੰਮ ਕਰਕੇ ਹੀ ਆਉਂਦਾ, ਬਸ ਅਸੀਂ ਗਾਂ ਦਾ ਸਰੀਰ, ਬੋਡੀ ਵੇਟ, ਨਸਲ ਕੁਆਲਿਟੀ, ਕਲਰ ਅਤੇ ਬਾਕੀ ਗੱਲ, ਜਿਵੇਂ ਗਾਂ ਨੇ ਸਫ਼ਰ 'ਚ ਜਾਣਾ 12-1300 ਕਿਲੋਮੀਟਰ ਜਾਣਾ, ਜ਼ਿਆਦਾਤਰ ਅਸੀਂ ਗਾਈਆਂ ਪੈਰਾਂ ਦੀਆਂ ਲੈਂਦੇ ਹਾਂ ਵੀ ਗਾਂ ਦੇ ਪੈਰ ਬਿਲਕੁਲ ਮਜ਼ਬੂਤ ਹੋਣੇ ਚਾਹੀਦੇ ਆ। ਹਾਂ, ਅੱਛਾ ਭਾਅ ਜੀ, ਤੁਹਾਡੇ ਕੋਲ ਵੀ ਹੁੰਦੀਆਂ ਨੇ ਹੋਰ ਗਾਂ? ਹਾਂਜੀ ਬਹੁਤ ਆ ਜੀ। ਚਲੋ ਇਹ ਜਿਨ੍ਹਾਂ ਨੇ ਲਈ ਆ ਉਹਨਾਂ ਦਾ ਵੀ ਨੰਬਰ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ, ਜਿਨ੍ਹਾਂ ਨੇ ਵੇਚੀ ਆ ਉਹਨਾਂ ਦਾ ਵੀ। ਭਾਅ ਜੀ ਤੁਹਾਡਾ ਮੋਬਾਈਲ ਨੰਬਰ ਬੋਲ ਦਿਓ। ਮੇਰਾ ਨੰਬਰ ਆ ਜੀ 89-7531-5769। ਠੀਕ ਹੈ, ਆਹ ਬਾਈ ਜੀ ਦਾ ਨੰਬਰ ਹੈ, ਅਤੇ ਬਾਈ ਜੀ ਜਿਹੜੇ ਨੇ ਜਿਨ੍ਹਾਂ ਨੇ ਵੇਚੀ ਆ, ਤੁਸੀਂ ਵੀ ਬੋਲ ਦਿਓ ਨੰਬਰ। 70-875-76-5595 ਤੁਹਾਡੇ ਕੋਲ ਹੁੰਦੀਆਂ? ਹਾਂਜੀ ਹਾਂਜੀ। ਠੀਕ ਹੈ ਭਾਅ ਜੀ, ਧੰਨਵਾਦ। ਬਾਈ ਨੇ ਜਿਵੇਂ ਦੱਸਿਆ ਹੀ ਹੈ ਕਿ 30 ਗਾਈਆਂ ਜਿਹੜੀਆਂ ਹਰ ਹਫ਼ਤੇ ਲੈਂਦੇ ਆ, ਤਾਂ ਹੈ ਨਾ। ਹਾਂ, ਇੱਕ ਵਾਰ ਕੈਮਰਾ ਜ਼ਰੂਰ ਮਾਰ ਦਿਓ ਯਾਰ, ਬਹੁਤ ਵਧੀਆ ਜਿਹੜਾ ਗਾਈਆਂ ਜਿਵੇਂ ਦੇਖ ਹੀ ਰਹੇ ਹੋ ਤੁਸੀਂ ਅਤੇ ਲਈਆਂ ਨੇ। ਅਤੇ ਅੱਛਾ ਭਾਅ ਜੀ, ਸਲਾਹ ਕੀ ਦਊਂਗੇ ਇਸ ਕੰਮ ਦੇ ਵਿੱਚ? ਫਾਇਦਾ ਹੈ ਜਿਹੜੇ ਨਵੇਂ ਵੀਰ ਜੋੜਨ ਦੀ ਸੋਚ ਰਹੇ ਆ ਵੀ, ਹੈਗਾ ਕਿ ਨਹੀਂ ਫਾਇਦਾ? ਵੀਰ ਜੀ ਉਹਨਾਂ ਬੰਦਿਆਂ ਨੂੰ ਹੈ ਜਿਹੜੇ ਇਹ ਕੰਮ ਬਾਰੇ ਨੌਲੇਜ ਰੱਖਦੇ ਆ। ਜੇ ਕੋਈ ਨਵਾਂ ਬੰਦਾ ਕੰਮ ਕਰਨਾ ਚਾਹੇ ਤਾਂ ਉਹਨੂੰ ਪਹਿਲਾਂ ਪੂਰੀ ਨੌਲੇਜ ਜਾਂ ਕੋਈ ਤਜਰਬੇਕਾਰ ਬੰਦਾ ਨਾ ਰੱਖ ਕੇ ਫੇਰ ਕਰਨਾ ਚਾਹੀਦਾ। ਅਣਜਾਣ ਬੰਦੇ ਨੂੰ ਇਸ ਵਿੱਚ ਬਹੁਤ ਨੁਕਸਾਨ ਹੋ ਜਾਂਦਾ। ਉਹ ਕਿਸ ਤਰ੍ਹਾਂ ਦਾ ਨੁਕਸਾਨ? ਮਤਲਬ ਗਾਈਆਂ ਗੁਈਆਂ ਜਿਵੇਂ ਗਾਈਆਂ ਮੰਨ ਲਓ ਜੀ, ਕਈ ਵਾਰੀ ਗਾਂ ਕੋਈ ਆਪਾਂ ਵੱਧ ਰੇਟ 'ਚ ਲੈ ਲੈਂਦੇ ਹਾਂ, ਉਹ ਨੁਕਸਾਨ ਕਰਕੇ ਬਾਅਦ 'ਚ ਵੇਚਣੀ ਪੈਂਦੀ ਆ, ਜਾਂ ਕੋਈ ਗਾਂ ਬਿਮਾਰ ਠਮਾਰ ਆਪਾਂ ਨੂੰ ਨਹੀਂ ਪਤਾ ਲੱਗਦਾ ਅਣਜਾਣ ਬੰਦੇ ਨੂੰ, ਉਹ ਆ ਜਾਂਦੀ ਹੈ ਵਿੱਚ, ਉਹ ਫਿਰ ਦੂਜੀਆਂ ਗਾਈਆਂ ਨੂੰ ਵੀ ਨਾਲ ਬਿਮਾਰ ਕਰ ਦਿੰਦੀ ਹੈ। ਇਸ ਤਰ੍ਹਾਂ ਇਹ ਗਾਂ ਤਜਰਬਾ ਹੋਣਾ ਜ਼ਰੂਰੀ ਹੈ ਜੀ ਵਪਾਰ ਦਾ। ਭਾਅ ਜੀ, ਤੁਸੀਂ ਵੀ ਥੋੜ੍ਹਾ ਜਿਹਾ ਸਾਡੇ ਵੀਰਾਂ ਦਾ ਨਾਲ ਤਜਰਬਾ ਸਾਂਝਾ ਕਰੋ ਵੀ, ਕੀ ਸਲਾਹ ਦਿਓਗੇ ਤੁਸੀਂ ਜਿਹੜੇ ਨਵੇਂ ਵੀਰ ਜੁੜ ਰਹੇ ਨੇ ਇਸ? ਇਹੀ ਹੈ ਜੀ, ਤਜਰਬੇ ਤੋਂ ਬਿਨਾਂ ਨਾ ਗਾਂ ਲਓ, ਤਜਰਬਾ ਹੋਣਾ ਚਾਹੀਦਾ, ਜ਼ਰੂਰੀ ਹੈ ਜੀ, ਫਿਰ ਹੀ ਨਫ਼ਾ ਦਿੰਦੀ ਹੈ ਗਾਂ। ਠੀਕ ਹੈ ਭਾਅ ਜੀ, ਧੰਨਵਾਦ, ਤੁਹਾਨੂੰ ਵਧਾਈਆਂ ਅਤੇ ਥੈਂਕਸ ਭਾਅ ਜੀ। ਆ ਦੇਖਿਆ ਤੁਸੀਂ ਸੌਦਾ ਕਿਸ ਤਰ੍ਹਾਂ ਦੇ ਨਾਲ ਹੋਇਆ, ਪੂਰੀ ਖਿੱਚ ਧੂ ਹੈ ਜਿਹੜੀ ਉਹ ਇਸ ਗਾਂ ਦੇ ਵਾਸਤੇ ਹੋ ਗਈ ਸੀ। ਅਤੇ ਕਿਸ ਤਰ੍ਹਾਂ ਦੀ ਲੱਗੀ ਹੈ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ, ਫੀਡਬੈਕ ਜ਼ਰੂਰ ਦੇ ਦਿਆ ਕਰੋ, ਤਾਂ ਜਿਹੜਾ ਅੱਗੇ ਤੋਂ ਅਸੀਂ ਧਿਆਨ ਰੱਖੀਏ ਬਈ ਹੋਰ ਬਿਹਤਰ ਕਰ ਸਕੀਏ ਵੀਡੀਓਜ਼ ਨੂੰ। ਅਤੇ ਉਹਨਾਂ ਵੀਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਜਿਹੜੇ ਵੀਰ ਆਪਣੇ ਇਸ ਛੋਟੇ ਵੀਰ ਦੀ ਹਰ ਇੱਕ ਵੀਡੀਓ ਨੂੰ ਦੇਖਦੇ ਆ, ਲਾਈਕ ਕਰਦੇ ਆ, ਸ਼ੇਅਰ ਕਰਦੇ ਆ। ਇਸੇ ਤਰ੍ਹਾਂ ਆਪਣਾ ਪਿਆਰ ਹੈ ਜਿਹੜਾ ਉਹ ਬਣਾਈ ਰੱਖੋ, ਚੈਨਲ ਨੂੰ ਸਪੋਰਟ ਕਰਦੇ ਰਹੋ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਨਵੀਂ ਵੀਡੀਓ, ਨਵੀਂ ਜਾਣਕਾਰੀ ਦੇ ਨਾਲ। ਧੰਨਵਾਦ।